وعلى آل محمد كما صليت على إبراهيم وعلى آل إبراهيم إنك حميد سیدی کوئی مریض کا کر
نہیں جانا سانو آدھے اسی برائیاں دے قریب جانا نہیں
नहीं जाना कि बुराई ਨੂੰ ਵਾਟੇ ਤੁਸੀਂ ਅਹਲੇ ਬੈਤ ਦੇ ਕਰੀਬ ਜਾਣਾ ਨਹੀਂ ਜਾਣਾ ਔਰ ਇਨਸ਼ਾਅੱਲਾ ਮੈਂ ਉਹ ਅਹਲੇ ਬੈਤ ਦਾ ਚਾਰ ਹਸਤੀਆਂ ਦਾ ਜ਼ਿਕਰ ਕਰਾਂ ਜਿਨ੍ਹਾਂ ਨੂੰ ਨਬੀ ਪਾਕ ਨੇ ਮਾਹਵੰਦੀ ਆਪਣੇ ਅਹਲੇ ਬੈਤ ਤੋਂ ਲਿਆ ਔਰ ਅੱਲਾ ਪਾਕ ਦੀ ਦੁਆ ਹੈ ਅੱਲਾ ਸੋਹਣਾ ਸਾਨੂੰ ਸਾਰਿਆਂ ਨੂੰ ਸਹੀ ਮਾਨ ਦੇ ਅੰਦਰ ਅਮਲ ਕਰਨ ਦੀ ਤੌਫੀਕ عطا ਫਰਮਾਏ ਭਾਈ ਗੁਲਾਮ ਰਸੂਲ ਸਾਹਿਬ ਅੱਲਾ ਦੇ ਵਾਲਦੇ ਮੋਹਤਰਮ ਨੇ ਦੋ ਮੰਤਰ ਹੋ ਗਏ ਦੁਨੀਆ ਤੋਂ ਚਲੇ ਗਏ ਅੱਲਾ ਨੇ ਕਬਰ ਨੂੰ ਜੰਨਤ ਦੇ ਬਾਗ ਦਾ ਬਾਗ ਬਣਾਏ ਅੱਲਾ ਨੇ ਦੀ ਕਬਰ ਨੂੰ ਜੰਨਤ ਦੀ ਕਿਆਰੀ ਦੀ ਕਿਆਰੀ ਬਣਾਏ ਔਰ ਮਾਸ਼ਾਅੱਲਾ ਬਜ਼ੁਰਗ ਮਸਜਿਦ ਦੀ ਜ਼ੀਨਤ ਨੇ ਅੱਲਾ ਤਾਲਾ ਨੇ ਬਜ਼ੁਰਗਾਂ ਨੂੰ ਸਲਾਮਤ ਰੱਖੀ ਮਸਜਿਦਾਂ ਦਾ ਬਹਾਰਾ ਘਰਾਂ ਦਾ ਬਹਾਰਾ ਕਿੰਨਾ ਨਾ ਬਜ਼ੁਰਗਾਂ ਨਾਲ ਇਹਨਾਂ ਬਜ਼ੁਰਗਾਂ ਦਾ ਹਿਆ ਕੀ ਆਸਮਾਨ ਦਾ ਰੱਬ ਵੀ ਕਰੇ ਤੇ ਇਨਸ਼ਾਅੱਲਾ ਅੱਲਾ ਪਾਕ ਇਹਨਾਂ ਬਜ਼ੁਰਗਾਂ ਨੂੰ ਸਲਾਮਤ ਰੱਖੇ ਔਰ ਮੈਂ ਇਹਦੀ ਬਾਤ ਬਿਆਨ ਕਰਨਾ ਚਾਹਾਂ حبیب کریم کا نام ہے محمد صلی اللہ علیہ والہ وسلم میرے پیغمبر کا نام ہے میں آپ کے نال عزت کے نال شوق کے نال شوق کے نال سنیا نبی پاک علیہ الصلوۃ والسلام کی ذات درود پاک پڑھ گئے حبیب کریم کا نام ہے محمد صلی اللہ علیہ والہ وسلم تاتر بولا دے اباسی آو نبی پاک کا نام آئے گا بہار کا درود پڑھے گا میرے پیغمبر کے ولی درود پڑھے گا ਇੱਕ ਤੇ ਨਬੀ ਪਾਕ ਅਲੈਹਿਸਸਲਾਮ ਨੇ ਅੱਜ ਚਾਦਰ ਆਪਣੇ ਇੱਕ
ਨੰਬਰ ਤੇ ਉੜੀ ਗਈ ਹੈ ਨਬੀ ਪਾਕ ਬਾਗੇ ਨਿਕਲੇ ਨਾਲ ਤੇ ਹਸਨੈਨ ਕਰੀ ਮੈਂ ਆ ਗਏ ਨਬੀ ਪਾਕ ਨੇ ਚਾਦਰ ਦਾ ਪੱਲੂ ਚੁੱਕਿਆ ਨਬੀ ਪਾਕ ਨੇ ਚਾਦਰ ਦੇ ਪੱਲੂ ਥੱਲੇ ਅੰਦਰ ਤੇ ਹਸਨੈਨ ਕਰੀ ਮੈਂ ਉਹ ਕਰ ਲਿਆ ਉਹਦੀ ਦੀ ਗੋਲ ਗੋਲ ਦੀ ਸਈਆ ਨਾਲ ਤੇ ਫਾਤਿਮਾ ਲਈਆਂ ਨੇ ਮੇਰੇ ਪੈਗੰਬਰ ਨੇ ਚਾਦਰ ਦਾ ਪੱਲੂ ਚੁੱਕਿਆ ਨਬੀ ਨਬੀ ਪਾਕ ਨੇ ਆਪਣੀ ਬੇਟੀ ਨੂੰ ਚਾਦਰ ਦੇ ਥੱਲੇ ਕਰ ਲਿਆ ਥੋੜੀ ਜੀ ਦੇਰ ਉਹ ਰੁਕ ਰਹੀ ਹੈ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨੇ ਤਸ਼ਰੀਫ ਲੈ ਕੇ ਆ ਗਏ ਨੇ ਮੇਰੇ ਪੈਗੰਬਰ ਨੇ ਚਾਦਰ ਦੇ ਪੱਲੂ ਥੱਲੇ ਕਰ ਲਿਆ ਨਬੀ ਪਾਕ ਫਰਮਾਉਂਦੇ ਨੇ ਇਨਨਾ ਮਾ ਯੁਰੀਦੁਲਲਾਹ ਲਿਯੁਜ਼ਹੀ ਬਨਕੁਮ ਰਿਜ਼ਹਾਲ ਅਲ-ਬੈਤੀ ਵਤਤਖਿਰਾ ਬੁਨ ਤਦਵੀਰਾ ਨਬੀ ਪਾਕ ਨੇ ਸਾਇਆ ਨੂੰ ਤਲਾਵਤ ਫਰਮਾ ਦਿੱਤਾ ਅੱਲਾ ਮੇਰੇ ਅਲੇ ਬੈਤ ਨੇ ਅੱਲਾ ਇਹਨਾਂ ਨੂੰ ਗੁਨਾਹਾਂ ਤੋਂ ਪਾਕ ਕਰ ਦੇ ਨਹੀਂ ਸੱਚੇ ਤੇ ਦੂਸਰੀ ਗੱਲ ਅੱਗੇ ਸਮਾਪਤ ਕਰਨਾ ਹਜ਼ਰਤ ਨੂੰ ਸੁਣਨਾ ਬਿਆਨ ਕਰਦੀਆਂ ਨੇ ਜਿਸ ਦਿਨ ਸਈਦਨਾ ਫਾਤਿਮਾ ਰਜ਼ੀਅੱਲਾਹ ਤਾਲਾ ਅਨਹਾ ਆਪਣੇ ਘਰ ਅੰਦਰ ਸੋਨਾ ਖਾਣਾ ਬਣਾਇਆ ਕਰਦੀਆਂ ਨਬੀ ਪਾਕ ਨੂੰ ਦਾਵਤ ਦਿਆ ਕਰਦੀਆਂ ਨਬੀ ਪਾਕ ਆਦੇ ਹਜ਼ਰਤ ਫਾਤਿਮਾ ਨਬੀ ਪਾਕ ਮਿਲ ਕੇ ਖਾਣਾ ਖਾਇਆ ਕਰਦੇ ਇੱਕ ਦਿਨ ਸਈਦਨਾ ਫਾਤਿਮਾ ਨੇ ਬੜਾ ਵੀਆਈਪੀ ਖਾਣਾ ਬਣਾਇਆ ਬੜਾ ਸੋਨਾ ਤੇ ਬੜਾ ਆਲਾ ਖਾਣਾ ਬਣਾਇਆ ਨਬੀ ਪਾਕ ਨੂੰ ਦਾਵਤ ਦਿੱਤੀ ਹੈ ਨਬੀ ਪਾਕ ਤਸ਼ਰੀਫ ਲੈ ਕੇ ਆ ਗਏ ਨੇ ਮੇਰੇ ਪੈਗੰਬਰ ਜੀ ਤੋਂ ਤਸ਼ਰੀਫ ਲੈ ਆਏ ਨਾ ਨਬੀ ਪਾਕ ਫਰਮਾਉਂਦੇ ਨੇ ਮੇਰੀ ਪਿਆਰੀ ਬੇਟੀ ਫਾਤਿਮਾ ਇਸ ਖਾਣੇ ਅੰਦਰ ਹਸਨੈਨ ਕਰੀਮੈਨ ਵੀ ਸ਼ਾਮਲ ਹੋਣਗੇ ਇਸ ਖਾਣੇ ਅੰਦਰ ਹਜ਼ਰਤ ਅਲੀ ਵੀ ਸ਼ਾਮਲ ਹੋਣਗੇ ਨਬੀ ਪਾਕ ਫਰਮਾਉਂਦੇ ਨੇ ਮੇਰੀ ਪਿਆਰੀ ਬੇਟੀ ਫਾਤਿਮਾ ਇਹਨਾਂ ਨੂੰ ਬੁਲਾ ਕੇ ਲਿਆਓ ਜਿੱਦਾਂ ਮੇਰੇ ਪਿਆਰ ਮੇਰੇ ਪੈਗੰਬਰ ਦੀ ਬੇਟੀ ਨੇ ਬੁਲਾ ਕੇ ਲਿਆਂਦਾ ਹਸਨੈਨ ਕਰੀਮੈਨ ਆ ਗਏ ਹਜ਼ਰਤ ਅਲੀ ਆ ਗਏ ਨਬੀ ਪਾਕ ਦਸਤਰਖਾਨ ਦੇ ਬੈਠ ਗਏ ਨੇ ਖਾਣਾ ਨਬੀ ਪਾਕ ਨੇ ਤਨਾਵਲ ਫਰਮਾਇਆ ਹਸਨੈਨ ਕਰੀਮੈਨ ਨੇ ਖਾਣਾ ਤਨਾਵਲ ਫਰਮਾਇਆ ਹਜ਼ਰਤ ਅਲੀ ਨੇ ਖਾਣਾ ਤਨਾਵਲ ਫਰਮਾਇਆ ਮੇਰੇ ਪੈਗੰਬਰ ਨੇ ਚਾਦਰ ਦਾ ਉਹ ਪੱਲੂ ਚੁੱਕਿਆ ਉਸ ਪੱਲੂ ਥੱਲੇ ਮੇਰੇ ਪੈਗੰਬਰ ਨੇ ਚੌਵਾ ਹਸਤੀਆਂ ਨੂੰ ਕਰ ਲਿਆ ਮੇਰੇ ਪੈਗੰਬਰ ਨੇ ਹੱਥ ਉਠਾ ਕੇ ਨਬੀ ਪਾਕ ਕੋਲ ਦੁਆ ਕੀਤੀ ਅੱਲਾ ਫਰਮਾਉਂਦੇ ਨੇ ਅੱਲਾਹੁਮਾ ਹਾਉਲਾਈ ਅਹਲੁ ਬੈਤੀ ਅੱਲਾ ਹੈ ਮੇਰੀ ਅਹਲੇ ਬੈਤ ਨੇ ਅੱਲਾ ਇਹਨਾਂ ਨੂੰ ਲੜਦੀ ਆਦ ਵਿੱਚੋਂ ਪਾਕ ਕਰ ਦੇ ਅੱਲਾ ਇਹਨਾਂ ਨੂੰ ਬੁਰਾ ਤੋਂ ਪਾਕ ਕਰ ਦੇ ਹਜ਼ਰਤ ਇਬਨ ਸਲਮਾ ਬਿਆਨ ਕਰਦੀਆਂ ਨੇ ਮੈਂ ਚਾਦਰ ਦਾ ਪੱਲੂ ਚੁੱਕਿਆ ਮੈਂ ਆਪਣਾ ਸਿਰ ਦਾਖਲ ਕਰ ਦਿੱਤਾ ਮੈਂ ਕਿਹਾ ਮਹਬੂਬ ਜੀ ਸਾਨੂੰ ਵੀ ਇਹਨਾਂ ਦਵਾਈਆਂ ਕਲੇ ਮਾਤ ਅੰਦਰ ਸ਼ਾਮਲ ਕਰ ਲਓ ਇਹਨਾਂ ਦਵਾਈਆਂ ਜੁਮਲੇ ਅੰਦਰ ਸਾਨੂੰ ਸ਼ਾਮਲ ਕਰ ਲਓ ਸਾਨੂੰ ਵੀ ਆਪਣੀ ਅਹਲੇ ਬੈਤ ਅੰਦਰ ਸ਼ਾਮਲ ਕਰ ਲਓ ਮੇਰੇ ਪੈਗੰਬਰ ਫਰਮਾਉਂਦੇ ਮੇਰੇ ਅਸਰ ਮੇਰੀ ਪਿਆਰੀ ਬੀਵੀ ਉਮਰ ਸਲਮਾ ਤੁਸੀਂ ਤੇ ਕਹਿੰਦੇ ਮੇਰੀ ਅਹਲੇ ਬੈਤ ਅੰਦਰ ਸ਼ਾਮਲ ਹੋ ਚਾਰ ਹਸਤੀਆਂ ਦੇ ਬੈਤ ਅੰਦਰ ਨੇ ਚਾਰ ਹਸਤੀਆਂ ਦੇ ਬੈਤ ਵਾਲੀਆਂ ਜਿਨ੍ਹਾਂ ਦਾ ਜ਼ਿਕਰ ਕਰਾਂਗੇ ਗੱਲ ਖਤਮ ਕਰਾਂ ਸਾਰੀਆਂ ਤੋਂ ਪਹਿਲੇ ਮੌਲਾ ਅਲੀ ਰਜ਼ੀਅੱਲਾਹੁ ਤਾਲਾ ਅਨਹੁ ਸ਼ੋਰ ਖੁਦਾ ਹੈ ਤੇਰੇ ਕਰ ਰਹਾ ਫਾਤਿਹ ਹੈ ਪਤਾ ਨਹੀਂ ਕਰ ਕਰਾਂ ਕੌਣ ਜਨਾਬ ਅਲੀ ਨੇ ਮੇਰੇ ਪੈਗੰਬਰ ਫਰਮਾਉਂਦੇ ਨੇ ਮਨ ਕੁੰਤੁ ਮੌਲਾ ਫਾਲੀ ਯੂ ਮੌਲਾ ਨਬੀ ਪਾਕ ਫਰਮਾਉਂਦੇ ਨੇ ਮੇਰੇ ਸਹਾਬਾ ਜਿਹਦਾ ਮੈਂ ਮੌਲਾ ਆਇਓ ਲਾਲੀ ਮੌਲਾ ਨਬੀ ਪਾਕ ਫਰਮਾਉਂਦੇ ਨੇ ਮੇਰੇ ਸਹਾਬਾ ਜਿਹਦਾ ਮੈਂ ਮੌਲਾ ਮਾਸ਼ਾ ਕੀ ਬਾਤ ਹੈ ਕਿਆ ਹਲਮ ਸਾਲ ਮਰਹਬਾ ਮੌਲਾਨਾ ਮੁਬਸ਼ਰ ਅਹਿਮਦ ਰਬਾਨੀ ਸਾਹਿਬ ਤਸ਼ਰੀਫ ਲੈ ਆਏ ਨੇ ਇਨੀ ਸ਼ਾਦਤ ਤੁਸੀਂ ਬਸ ਪਰੇਸ਼ਾਨ ਨਹੀਂ ਹੋਣਾ ਅੱਧਾ ਤਲਾ ਤੁਹਾਡਾ ਮੇਰੀ ਤਰਫ ਰੱਖੀ ਨਬੀ ਪਾਕ ਫਰਮਾਉਂਦੇ ਨੇ ਮੇਰੇ ਸਗਾ ਬਾਬਾ ਨੂੰ ਕੁੰਤ ਮੌਲਾ ਹੋ ਖਾਲੀ ਨੂੰ ਮੌਲਾ ਜਿਹਦਾ ਮੈਂ ਮੌਲਾ ਅਲੀ ਮੌਲਾ ਮੌਲਾ ਦਾ ਮਾਨਾ ਦੋਸਤ ਮੌਲਾ ਦਾ ਮਾਨਾ ਸ਼ਾਮ ਦਾ ਸਾਥੀ ਮੌਲਾ ਦਾ ਮਾਨਾ ਸੁਬਾ ਦਾ ਸਾਥੀ ਮੌਲਾ ਦਾ ਮਾਨਾ ਦੁਪਹਿਰ ਦਾ ਸਾਥੀ ਮੌਲਾ ਦਾ ਮਾਨਾ ਆਕਾ ਮੌਲਾ ਦਾ ਮਾਨਾ ਦੋਸਤ ਮੇਰੇ ਪੈਗੰਬਰ ਫਰਮਾਉਂਦੇ ਨੇ ਮੇਰੇ ਸਗਾ ਬਾਬਾ ਜਿਹਦਾ ਮੈਂ ਮੌਲਾ ਮੌਲਾ ਅਲੀ ਮੌਲਾ ਜਿਹਦਾ ਮੈਂ ਮੌਲਾ ਇਹਦਾ ਮੇਰੇ ਨਾਲ ਪਿਆਰ ਕਰਦੇ ਮੇਰੀ ਅਲੀ ਨਾਲ ਪਿਆਰ ਕਰੋ ਨਹੀਂ ਸਮਝੇ ਜੇ ਮੈਂ ਤੁਹਾਨੂੰ ਇੱਕ ਵਾਰ ਵਾਂਗੇ ਸੁਣਾਵਾਂ ਸਹੀ ਬੁਖਾਰੀ ਅੰਦਰ ਵਾਂਗੇ ਮੌਜੂਦ ਹੈ ਸਹੀ ਨਾਲ ਦੇ ਸਾਹਰ ਦਿਨ ਸਾਹ ਬਿਆਨ ਕਰਦੇ ਨੇ ਜਿੱਦਾਂ ਜਨਾ ਫਾਤੇ ਖੈਰ ਖੈਬਰ ਦਾ ਕਿਲਾ ਖੈਬਰ ਦਾ ਕਿਲਾ ਫਤਹ ਨਹੀਂ ਹੋ ਰਿਹਾ ਕਈ ਦਿਨ ਗੁਜ਼ਰ ਗਏ ਨੇ ਮੇਰੇ ਪੈਗੰਬਰ ਨੂੰ ਅੱਲਾ ਪਾਕ ਨੇ ਪਹਿਲੇ ਫਤਹ ਦੀਆਂ ਖੁਸ਼ਖਬਰੀਆਂ ਸੁਣਾ ਦਿੱਤੀਆਂ ਨੇ ਲਗਾਤ ਰਜ਼ੀਅੱਲਾਹੁ ਅਨਿਲ ਮੁਮਿਨੀਨ ਜ਼ਿਯੁਬਾਇਹੁ ਲਕਾ ਤਹਤ ਸ਼ਜਰਤ ਫਾਲਿਮ ਮਾ ਫੀ ਕੁਲੂਬਿਹਿਮ ਫਾਨਜ਼ਲ ਸਕੀਨਤ ਅਲੈਹਿਮ ਵਅਸਾਬਹੁਮ ਫਤਹਨ ਕਰੀਬਾ ਅੱਲਾ ਪਾਕ ਨੇ ਮੇਰੇ ਪੈਗੰਬਰ ਨੂੰ ਪਹਿਲੇ ਫਤਹ ਦੀਆਂ ਖੁਸ਼ਖਬਰੀਆਂ ਸੁਣਾ ਦਿੱਤੀਆਂ ਨੇ ਲੇਕਿਨ ਖੈਬਰ ਦਾ ਕਿਲਾ ਫਤਹ ਨਹੀਂ ਹੋ ਰਿਹਾ ਮੇਰੇ ਪੈਗੰਬਰ ਨੇ ਐਲਾਨ ਕਰ ਦਿੱਤਾ ਮੇਰੇ ਸਹਾਬਾ ਬਾਅਦ ਮੈਂ ਐਸੇ ਬੰਦੇ ਨੂੰ ਇਸਲਾਮ ਦਾ ਆਨੰਦ ਦਵਾਂਗਾ ਐਸੇ ਬੰਦੇ ਨੂੰ ਇਸਲਾਮ ਦਾ ਝੰਡਾ ਦਵਾਂਗਾ ਜਿਹੜਾ ਜਨਾਲ ਅੱਲਾ ਵੀ ਪਿਆਰ ਕਰਦੇ ਤੇ ਰਸੂਲ ਅੱਲਾ ਵੀ ਜਿਹਦੇ ਨਾਲ ਪਿਆਰ ਕਰਦੇ ਨੇ ਜਿਹਦੇ ਨਾਲ ਮੈਂ ਵੀ ਪਿਆਰ ਕਰਨਾ ਵਾ ਅੱਲਾ ਵੀ ਪਿਆਰ ਕਰਦੇ ਨੇ ਜਿਹੜਾ ਜੋ ਜ਼ਮੀਨ ਤੇ ਅੱਲਾ ਦਾ ਵੀ ਪਿਆਰ ਆਏ ਤੇ ਮੁਹੰਮਦ ਰਸੂਲ ਅੱਲਾ ਦਾ ਵੀ ਪਿਆਰ ਆਏ ਨਬੀ ਪਾਕ ਫਰਮਾਉਂਦੇ ਨੇ ਉਦੋਂ ਮੈਂ ਇਸਲਾਮ ਦਾ ਝੰਡਾ ਦਵਾਂਗਾ ਲਗਾਵਾਂਗਾ ਅੱਲਾ ਪਾਕ ਫਤਹ ਅਤਾ ਕਰ ਦੇਗਾ ਹਜ਼ਰਤ ਸਾਰੇ ਸਹਾਬੇ ਇਕਰਾਮ ਦੇ ਦਿਲ ਅੰਦਰ ਖਾਸ਼ ਪੈਦਾ ਹੋਈ ਹੈ ਉਹ ਕਿਹੜਾ ਬੰਦਾ ਹੈ ਜਿਹਨੂੰ ਅੱਲਾ ਦਾ ਨਬੀ ਇਸਲਾਮ ਦਾ ਝੰਡਾ ਦੇਣ ਦੀ ਅਲਮ ਦੇਣਗੇ ਉਹ ਖੈਬਰ ਦਾ ਕਿਲਾ ਫਤਹ ਕਰਕੇ ਆਏਗਾ ਸੈਯਦ ਹਜ਼ਰਤ ਫਾਰੂਕ ਆਜ਼ਮ ਬਿਆਨ ਕਰਦੇ ਨੇ ਇਸਲਾਮ ਲਿਆਉਣ ਤੋਂ ਬਾਅਦ ਕਦੀ ਜ਼ਿੰਦਗੀ ਅੰਦਰ ਇੰਨੀ ਤਮੰਨਾ ਨਹੀਂ ਸੀ ਹੋਈ ਜਿੰਨੀ
ਨਾ ਪੇੜੀ ਨਾ ਦਰਾਏ ਨਬੀ ਪਾਕ ਫਰਮਾਉਂਦੇ ਨੇ ਹੀ ਨਾ ਲੀ ਮੇਰੇ ਸਗਾ ਪਾਉ ਮੈਨੂੰ ਦੱਸੋ ਮੇਰਾ ਨਹੀਂ ਕਿੱਥੇ ਗਏ ਸਹਾਬੇ ਕਰਾਮਾਂ ਦੇ ਨੇ ਮਾਬੂਦ ਦੀ ਅਲੀ ਦੀ ਅੱਖਾਂ ਖਰਾਬ ਹੋ ਗਈਆਂ ਨੇ ਹਜ਼ਰਤ ਦੀ ਅਲੀ ਦੀ ਅੱਖਾਂ ਦਰ ਦਰ ਨੇ ਮੇਰੇ ਪੈਗੰਬਰ ਫਰਮਾਉਂਦੇ ਨੇ ਮੇਰੀ ਅਲੀ ਨੂੰ ਬੁਲਾ ਕੇ ਲਿਆਂਦਾ ਜਾਏ ਸੈਯਦ ਹਜ਼ਰਤ ਦੀ ਅਲੀ ਨੂੰ ਬੁਲਾ ਕੇ ਲਿਆਂਦਾ ਗਿਆ ਮੇਰੇ ਪੈਗੰਬਰ ਫਰਮਾਉਂਦੇ ਨੇ ਅਲੀ ਪਿਆਰ ਆ ਕੀ ਗੱਲ ਹੈ ਸੈਯਦ ਹਜ਼ਰਤ ਦੀ ਅਲੀ ਪਿਆਰ ਕਰਦੇ ਨੇ ਮਾਬੂਦ ਦੀ ਅੱਖਾਂ ਦਰ ਦਰ ਰਹੀਆਂ ਨੇ ਮੇਰੇ ਪੈਗੰਬਰ ਨੇ ਆਪਣਾ ਦੁਆ ਕੱਢਿਆ ਹਜ਼ਰਤ ਦੀ ਅਲੀ ਦੀ ਅੱਖਾਂ ਤੇ ਲਾਇਆ ਹਜ਼ਰਤ ਅਲੀ ਬਿਆਨ ਕਰਦੇ ਨੇ ਦਰਦਾਂ ਵੀ ਮੁੱਕ ਗਈਆਂ ਮਰਜ਼ਾਂ ਵੀ ਮੁੱਕ ਗਈਆਂ ਅੱਲਾਹ ਪਾਕ ਨੇ ਸ਼ਫਾਵਾਂ ਰੱਖ ਦਿੱਤੀਆਂ ਉਹ ਵੀ ਦਵਾ ਤੇ ਜਿਹੜਾ ਦਵਾ ਮੇਰੇ ਪੈਗੰਬਰ ਨੇ ਸੈਯਦਨਾ ਜਾਬਰ ਦੀ ਹੱਡੀ ਅੰਦਰ ਪਾ ਦੇ 1400 ਸਹਾਬਾ ਖਾਣਾ ਖਾ ਗਏ ਉਹ ਵੀ ਦਵਾ ਤੇ ਜਿਹੜਾ ਦਵਾ ਮੇਰੇ ਪੈਗੰਬਰ ਨੇ ਸਿੱਧੀ ਕੀ ਅੰਦਰ ਦੀ ਜਿਹੜੀ ਤੇ ਲਗਾਇਆ ਤਾਂ ਨੇ 7000 ਜ਼ਰਾ ਖਤਮ ਕਰ ਦਿੱਤੀਆਂ ਉਹ ਵੀ ਦਵਾ ਤੇ ਜਿਹੜਾ ਦਵਾ ਬੰਦਾ ਨੇ ਅਰੇ ਜਿਹੜਾ ਦਵਾ ਮੇਰੇ ਨਬੀ ਨੇ ਹਜ਼ਰਤ ਅਲੀ ਦੀ ਅੱਖਾਂ ਤੇ ਲਾਇਆ ਹਜ਼ਰਤ ਅਲੀ ਦੀ ਅੱਖਾਂ ਬਿਲਕੁਲ ਠੀਕ ਹੋ ਗਈਆਂ ਸਹੀ ਹੋ ਗਈਆਂ ਮੇਰੇ ਪੈਗੰਬਰ ਨੇ ਹਜ਼ਰਤ ਅਲੀ ਨੂੰ ਸਲਾਮ ਦਾ ਅਦਬ ਪਕੜਾਇਆ ਸਲਾਮ ਦਾ ਡੰਡਾ ਪਕੜਾਇਆ ਮੇਰੇ ਪੈਗੰਬਰ ਦਾ ਸਹਾਬੀ ਜਨਾਬ ਅਲੀ ਰਜ਼ੀ ਅੱਲਾਹੁ ਤਾਲਾ ਅਨਹੁ ਹੈਦਰ ਦਾ ਕਿਲਾ ਫਤਹ ਕਰ ਬਿਹਾਰ ਨੇ ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨਹੁ ਦੀ ਸ਼ਾਨ ਵਾਲੇ ਏਡੇ ਮੁਕਾਮ ਵਾਲੇ ਜਿਨ੍ਹਾਂ ਨੇ ਖੈਬਰ ਦਾ ਕਿਲਾ ਫਤਹ ਕੀਤਾ ਵਾਹ ਵੀ ਮੈਂ ਤੇਰੀ ਅਜ਼ਮਤ ਨੂੰ ਸਦਕੇ ਜਾਵਾਂ ਵਾਹ ਵੀ ਮੈਂ ਤੇਰੀ ਸ਼ਾਨ ਤੋਂ ਸਦਕੇ ਜਾਵਾਂ ਅਲੀ ਮੇਰੇ ਈਮਾਨ ਦਾ ਹਿੱਸਾ ਅਲੀ ਮੇਰੀ ਫਾਤਿਹਾ ਦਾ ਹਿੱਸਾ ਅਲੀ ਸਾਡੀ ਜ਼ਿੰਦਗੀ ਦਾ ਹਿੱਸਾ ਜਿਹੜਾ ਜਿਹੜਾ ਅਲੀ ਨਾਲ ਪਿਆਰ ਨਹੀਂ ਕਰਦਾ ਜਦ ਮੇਰੇ ਸਲਾਮ ਨਾਲ ਤੱਲੁਕ ਕੋਈ ਨਹੀਂ ਹੈ ਅਸੀਂ ਹਜ਼ਰਤ ਅਲੀ ਨਾਲ ਪਿਆਰ ਕਰਨ ਵਾਲੇ ਨਹੀਂ ਆ ਤੇ ਹਜ਼ਰਤ ਅਲੀ ਦੀ ਜ਼ਿੰਦਗੀ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਨ ਵਾਲੇ ਨਹੀਂ ਆ ਅੱਲਾਹ ਦਾ ਮੈਂ ਤੁਹਾਨੂੰ ਕਾਫੀ ਰਵਾਇਤ ਸੁਣਾਵਾਂ ਤੇ ਗੱਲ ਅੱਗੇ ਕਰਾਂ ਤਾਂ ਗੱਲ ਬੜੀ ਪਿਆਰੀ ਹਵਾਲੇ ਦਾ ਜ਼ਿੰਮੇਦਾਰ ਆ ਮੇਰੇ ਪੈਗੰਬਰ ਨੇ ਇੱਕ ਲਸ਼ਕਰ ਭੇਜਿਆ ਨਬੀ ਪਾਕ ਅਲੀ ਸਲਾਮ ਭਾਈ ਗੁਲਾਮ ਰਸੂਲ ਸਾਹਿਬ ਬੜੀ ਪਿਆਰੀ ਹਦੀਸ ਹੈ ਨਬੀ ਪਾਕ ਨੇ ਇੰਗਲਿਸ਼ ਕਰ ਭੇਜਿਆ ਬਜ਼ੁਰਗੋ ਗੱਲ ਸੁਣਵਾ ਲਈ ਹੈ ਕਾਰੀ ਮਿਫਤਾ ਸਾਹਿਬ ਗੱਲ ਬੜੀ ਪਿਆਰੀ ਹੈ ਹਦੀਸ ਬੜੀ ਪਿਆਰੀ ਹੈ ਮੇਰੇ ਪੈਗੰਬਰ ਨੇ ਇੰਗਲਿਸ਼ ਕਰ ਭੇਜਿਆ ਉਸ ਲਸ਼ਕਰ ਦਾ ਅਮੀਰ ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨਹੁ ਨੂੰ ਬਣਾਇਆ ਉਸ ਲਸ਼ਕਰ ਦਾ ਅਮੀਰ ਮੇਰੇ ਪੈਗੰਬਰ ਨੇ ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨਹੁ ਨੂੰ ਬਣਾਇਆ ਤੇ ਮੇਰੇ ਪੈਗੰਬਰ ਦੇ ਕੋਲੋਂ ਜਦੋਂ ਜਨਾਬੀ ਅਲੀ ਚਲੇ ਗਏ ਨੇ ਉਸ ਦਿਨ ਗੁਜ਼ਰੇ ਤੇ ਮੇਰੇ ਪੈਗੰਬਰ ਦੇ ਕੋਲੋਂ ਅੱਲਾ ਮੈਂ ਨਬੀ ਨੂੰ ਉਨੀ ਦੇਰ ਤੱਕ ਮੌਤ ਨਾ ਦੇਈ ਅੱਲਾ ਮੈਨੂੰ ਉਨੀ ਦੇਰ ਤੱਕ ਜ਼ਿੰਦਾ ਰੱਖੀ ਹੱਤਾ ਤੁਰੀਆਂ ਨਹੀਂ ਅਲੀਆ ਹੱਤਾ ਤੁਰੀਆਂ ਨਹੀਂ ਅਲੀਆ ਅੱਲਾ ਮੈਂ ਨਬੀ ਨੂੰ ਉਨੀ ਦੇਰ ਤੱਕ ਮੌਤ ਨਾ ਦੇਈ ਉਨੀ ਦੇਰ ਤੱਕ ਮੈਂ ਨਹੀਂ ਪਾਗ ਦੀਆਂ ਜ਼ਿਆਦਤਾਂ ਨਾ ਕਰਦਾ ਵਾ ਵਾਹ ਵੀ ਮੈਂ ਤੇਰੀ ਅਜ਼ਮਤ ਤੋਂ ਸਦਕੇ ਜਾਵਾਂ ਵਾਹ ਵੀ ਮੈਂ ਤੇਰੀ ਸ਼ਾਨ ਤੋਂ ਸਦਕੇ ਜਾਵਾਂ ਕੌਣ ਜਨਾ ਪਿਆਰੀ ਨਮਾਜ਼ ਪੜ੍ਹੀ ਨਮਾਜ਼ ਪੜ੍ਹ ਕੇ ਨਬੀ ਪਾਕ ਦੇ ਕੋਲ ਬੈਠਾ ਰਿਹਾ ਨਬੀ ਪਾਕ ਨੇ ਇਸ਼ਾ ਦੀ ਨਮਾਜ਼
ਬਾਦ ਨਬੀ ਪਾਕ ਆਪਣੇ ਘਰ ਵੱਲ ਤਸ਼ਰੀਫ ਲੈ ਕੇ ਜਾ ਰਹੇ ਨੇ। ਮੈਂ ਹੌਲੀ ਹੌਲੀ ਨਬੀ ਪਾਕ ਦੇ ਪਿੱਛੇ ਜਾ ਰਿਹਾ ਵਾ। ਕੁਝ ਦੂਰ ਬਾਦ ਨਬੀ ਪਾਕ ਨੇ ਪੁੱਛਿਆ, ਕੌਣ ਆ ਰਿਹਾ? ਮੈਂ ਕਿਹਾ, ਸੁਣਿਆ ਤੁਹਾਡਾ ਗੁਲਾਮ ਹੁਜ਼ੈਫਾ ਆ ਰਿਹਾ, ਤੁਹਾਡਾ ਸਹਾਬੀ ਹੁਜ਼ੈਫਾ ਆ ਰਿਹਾ। ਮੇਰੇ ਪੈਗੰਬਰ ਫਰਮਾਉਂਦੇ ਨੇ, ਮੇਰੇ ਸਹਾਬੀ, ਅੱਲਾ ਤੈਨੂੰ ਵੀ ਮਾਫ ਕਰੇ, ਤੇਰੀ ਮਾਂ ਨੂੰ ਵੀ ਅੱਲਾ ਪਾਕ ਮਾਫ ਕਰੇ। ਸੈਯਦਨਾ ਹੁਜ਼ੈਫਾ ਬਿਆਨ ਕਰਦੇ ਨੇ, ਮਹਬੂਬ ਜੀ ਆਮੀਨ, ਮੇਰੇ ਪੈਗੰਬਰ ਫਰਮਾਉਂਦੇ ਨੇ, ਹੁਜ਼ੈਫਾ ਮੇਰੇ ਕਰੀਬਾ, ਸੈਯਦਨਾ ਹੁਜ਼ੈਫਾ ਨਬੀ ਪਾਕ ਦੇ ਕਰੀਬਾ ਨੇ, ਸੈਯਦਨਾ ਹੁਜ਼ੈਫਾ ਨਬੀ ਪਾਕ ਦੇ ਕਰੀਬਾ ਨੇ। ਮੇਰੇ ਪੈਗੰਬਰ ਫਰਮਾਉਂਦੇ ਨੇ, ਅੱਲਾ ਪਾਕ ਨੇ ਉਸ ਮਾਂ ਨੂੰ ਤਸਦੀਕ ਕਰ ਲਿਆ, ਜਿਹੜਾ ਜਦੋਂ ਪਹਿਲੇ ਕਦੀ ਨਹੀਂ ਆਇਆ ਨਾ ਅੱਜ ਤੋਂ ਬਾਅਦ ਕਦੀ ਆਏਗਾ। ਸਪੈਸ਼ਲ ਤਰੀਕਾ ਅੱਲਾ ਪਾਕ ਨੇ ਕਲਿਆ, ਖੁਸ਼ਖਬਰੀ ਦੇ ਕੇ ਕਲਿਆ। ਸੈਯਦਨਾ ਹੁਜ਼ੈਫਾ ਫਰਮਾਉਂਦੇ ਨੇ, ਮਹਬੂਬ ਜੀ ਦੱਸੋ ਕਿਹੜੀ ਖੁਸ਼ਖਬਰੀ ਹੈ? ਫਰਮਾਇਆ, ਫਰਿਸ਼ਤਾ ਪੈਗਾਮ ਲੈ ਕੇ ਆਇਆ, ਅੱਲਾ ਪਾਕ ਨੇ ਮੇਰੀ ਬੇਟੀ ਫਾਤਿਮਾ ਨੂੰ ਹੁਜਰ ਦੀ ਔਲਾਦ ਦਾ ਸਰਦਾਰ ਬਣਾ ਦਿੱਤਾ ਹੈ। ਅੱਲਾ ਪਾਕ ਨੇ ਮੇਰੀ ਬੇਟੀ ਨੂੰ ਜੰਨਤ ਦੀ ਔਲਾਦ ਦਾ ਸਰਦਾਰ ਬਣਾ ਦਿੱਤਾ। ਸੈਯਦਨਾ ਫਾਤਿਮਾ ਰਜ਼ੀ ਅੱਲਾਹੁ ਅਨ੍ਹਾ ਸੁਣਾ ਮੈਂ
हसनैन करीम है अंदर, हसनैन करीम है बड़ी प्यारी शख्सियत है। अल्लाह का मेरे नबी पाक अलैहि सलातो सलाम ने ना नबी पाक फरमाते हैं मेरे सहाबा अल हसन अल हुसैन सैयदा शबाबिया मिन जन्ना सज्जा मेरी तरफ करो माशाल्लाह। ओ की आके नहीं गए बस गल खत्म होने लगी पंजा मेरी तरफ वो बड़ियां प्यारियां गल्लां ने पूरी नगरी दा खलासा ते इतना शानिया ने बैत बयान कर के पूरी गल सजा देना कोई भी कुछ उस बाकी बयान हो रहे ओद कहना रात एक काल में लमाया सी हसनैन करीम मैन दी हजरत अली दी शान बयान कर के की बयान कर के जेड़ा अली हसनैन करीम मैन नु नहीं मनदा ओदा इस्लाम दा तल्लुक है नहीं है अल्लाह का हसनैन करीम मैन दी गल आ गई है हसनैन करीम मैन मेरे पैगंबर दे वास्ते ने नबी पाक फरमाते ने बाग में किसे जा रहा है किसे सगाबी दे जा रहा है दावत
ਸਰਕਾਰ ਨੇ ਤੇ ਹਸਤੀ ਅੰਦਰ ਵੇਖਿਆ ਜਨਾਬ ਹਸਨੈਨ ਕਰੀ ਮੈਨ ਖੇਡ ਦਿੱਤੇ ਨੇ ਨਬੀ ਪਾਕ ਆਪਣੇ ਨਿਵਾਸੀਆਂ ਦੇ ਪਿੱਛੇ ਦੌੜਨਾ ਸ਼ੁਰੂ ਕਰ ਦਿੱਤਾ ਹੈ ਨਬੀ ਪਾਕ ਦੇ ਨਿਵਾਸੀ ਅੱਗੇ ਅੱਗੇ ਦੌੜ ਦਿੱਤੇ ਨੇ ਤੇ ਲਾਗਾ ਮੇਰੇ ਪੈਗੰਬਰ ਨੇ ਆਪਣੇ ਨਿਵਾਸੀਆਂ ਨੂੰ ਪਕੜ ਲਿਆ ਨਬੀ ਪਾਕ ਦੇ ਨਿਵਾਸੀਆਂ ਨੂੰ ਪਕੜ ਕੇ ਐਨ ਨਬੀ ਪਾਕ ਨੇ ਇੱਕ ਹੱਥ ਸਿਰ ਦੇ ਥੱਲੇ ਰੱਖ ਲਿਆ ਔਰ ਇੱਕ ਹੱਥ ਨਬੀ ਪਾਕ ਨੇ ਰੱਖ ਲਿਆ ਤੇ ਨਬੀ ਪਾਕ ਨੇ ਜਨਾਬ ਹਸਨ ਦੇ ਲਬਾਂ ਨਾਲ ਆਪਣੇ ਲੱਗ ਮਿਲਾ ਲਏ ਨਬੀ ਪਾਕ ਫਰਮਾਉਂਦੇ ਨੇ ਅੱਲਾ ਹੁਸੈਨ ਮੇਰੇ ਵਿੱਚੋਂ ਤੇ ਮੈਂ ਹੁਸੈਨ ਵਿੱਚੋਂ ਹੁਸੈਨ ਮੇਰਾ ਤੇ ਮੈਂ ਹੁਸੈਨ ਦਾ ਤਾਰੇ ਨਬੀ ਪਾਕ ਆਪਣੇ ਲੱਭ ਦੇ ਨਾਲ ਤੇ ਹਸਨ ਦੇ ਲਬਾਂ ਨਾਲ ਮਿਲਾ ਰਹੇ ਨੇ ਅੱਲਾ ਹੁਸੈਨ ਮੇਰਾ ਤੇ ਮੈਂ ਹੁਸੈਨ ਦਾ ਅੱਲਾ ਮੈਂ ਹੁਸੈਨ ਨਾਲ ਪਿਆਰ ਕਰਨਾ ਵਾ ਰੱਬਾ ਤੂੰ ਵੀ ਹੁਸੈਨ ਨਾਲ ਪਿਆਰ ਕਰ ਅੱਲਾ ਦਾ ਮੈਂ ਤੈਨੂੰ ਆਖਰੀ ਗੱਲ ਸੁਣਾਉਣ ਦੀ ਗੱਲ ਖਤਮ ਹੋਣ ਲੱਗੀ ਹੈ ਨਬੀ ਪਾਕ ਨੇ ਆਪਣੀ ਬੇਟੀ ਸੈਯਦਨਾ ਫਾਤਿਮਾ ਦੇ ਘਰ ਦੇ ਤਸ਼ਰੀਫ ਫਰਮਾ ਤੇ ਨਬੀ ਪਾਕ ਦੇ ਦੋਨੋਂ ਨਵਾਸੇ ਮੰਮੀ ਦੇ ਬੇਟੇ ਅੱਧੀ ਰਾਤ ਦਾ ਵਕਤ ਹੋਇਆ ਤੇ ਮੇਰੇ ਮਹਿਬੂਬ ਦੇ ਇੱਕ ਨਵਾਸੇ ਜਨਾਬ ਤੇ ਹਸਨ ਨੂੰ ਪਾਣੀ ਦੀ ਪਿਆਸ ਲੱਗ ਪਾਣੀ ਦੀ ਬੋਲੋ ਪਿਆਸ ਦੀ ਪਿਆਸ ਲੱਗ ਨਬੀ ਪਾਕ ਦੇ ਕੋਲੋਂ ਪਾਣੀ ਮੰਗਿਆ ਨਬੀ ਪਾਕ ਕੋਲ ਪਾਣੀ ਨਾ ਵੀ ਬਾਗ ਪਾਣੀ ਲੈ ਕੇ ਚਲੇ ਗਏ ਜਦੋਂ ਮੇਰੇ ਸਰਕਾਰ ਪਾਣੀ ਲੈ ਕੇ ਆ ਰਹੇ ਤੇ ਜਨਾਬ ਹੁਸੈਨ ਉੱਠ ਕੇ ਫਰਮਾਇਆ ਮਹਿਬੂਬ ਮੈਨੂੰ ਪਾਣੀ ਪਿਲਾ ਨਬੀ ਪਾਕ ਨੇ ਨਾ ਪਹਿਲੇ ਪਾਣੀ ਹਸਨ ਨੂੰ ਪਿਲਾਇਆ ਤੇ ਸੈਯਦਨਾ ਫਾਤਿਮਾ ਉੱਠ ਪਈਆਂ ਨੇ ਤੇ ਮੰਜ਼ਰ ਵੇਖਦੀਆਂ ਨੇ ਸੁਭਾਨ ਮੰਜ਼ਰ ਵੇਖਦੀਆਂ ਨੇ ਤੇ ਸੈਯਦਨਾ ਹੁਸੈਨ ਨੂੰ ਪਾਣੀ ਮੰਗਿਆ ਤੇ ਨਬੀ ਪਾਕ ਪਹਿਲੇ ਹਸਨ ਨੂੰ ਪਾਣੀ ਪਿਲਾ ਤੇ ਸੈਯਦਨਾ ਫਾਤਿਮਾ ਫਰਮਾਉਂਦੀਆਂ ਨੇ ਮਹਿਬੂਬ ਜੀ ਮੈਨੂੰ ਲੱਗਦਾ ਤੁਸੀਂ ਹਸਨ ਨਾਲ ਪਿਆਰ ਕਰਦੇ ਹੋ ਹੁਸੈਨ ਨਾਲ ਨਹੀਂ ਪਿਆਰ ਕਰਦੇ ਮੇਰੇ ਪੈਗੰਬਰ ਫਰਮਾਉਂਦੇ ਨੇ ਆ ਫਾਤਿਮਾ ਜੀ ਦੀ ਗੱਲ ਨਹੀਂ ਹੈ ਮੇਰੇ ਕੋਲ ਪਹਿਲੇ ਪਾਣੀ ਹਸਨ ਨੇ ਮੰਗਿਆ ਤੇ ਬਾਅਦ ਵਿੱਚ ਪਾਣੀ ਹੁਸੈਨ ਨੇ ਮੰਗਿਆ ਤੇ ਮੈਨੂੰ ਜਿਹੜਾ ਪਿਆਰ ਹਸਨ ਨਾਲ ਹੈ ਉਹਦਾ ਪਿਆਰ ਹੁਸੈਨ ਨਾਲ ਹੈ ਤੇ ਮੈਂ ਪੈਗੰਬਰ ਨੇ ਇਨਸਾਫ ਕਾਇਮ ਕਰਕੇ ਦੱਸੀ ਹੈ ਮੇਰੇ ਪੈਗੰਬਰ ਨੇ ਆਪਣੇ ਨਵਾਸੀਆਂ ਨਾਲ ਪਿਆਰ ਹੈ ਨਿਕਲ ਕੇ ਪਿਆਰ ਵਾਸਤੇ ਨੇ ਪਹਿਲੇ ਪਾਣੀ ਮੰਗਿਆ ਨਬੀ ਪਾਕ ਨੇ ਪਹਿਲੇ ਪਾਣੀ ਹਸਨ ਨੂੰ ਪਿਲਾਇਆ ਫਿਰ ਪਾਣੀ ਹੁਸੈਨ ਨੂੰ ਪਿਲਾਇਆ ਅੱਲਾ ਅੱਲਾ ਨਬੀ ਪਾਕ ਨੂੰ ਆਪਣੇ ਨਵਾਸੀਆਂ ਨਾਲ ਬੜਾ ਪਿਆਰ ਹੈ ਇਹਨਾਂ ਦੋ ਸ਼ੇਰਾਂ ਦੇ ਗੱਲ ਖਤਮ ਹੋਣ ਲੱਗੀ ਹੈ ਹਸਨ ਸੋਹਣਾ ਹੁਸੈਨ ਸੋਹਣਾ ਅਲੀ ਤੇ ਫਾਤਿਮਾ ਤੇ ਦਿਲ ਦਾ ਚੈਨ ਸੋਹਣਾ ਉੱਚੀ ਬੋਲੋ ਸੁਭਾਨ ਅੱਲਾ ਹਸਨ ਸੋਹਣਾ ਹੁਸੈਨ ਸੋਹਣਾ ਅਲੀ ਤੇ ਫਾਤਿਮਾ ਤੇ ਦਿਲ ਦਾ ਚੈਨ ਸੋਹਣਾ ਜਲਦੀ ਹਰੀ ਯਾਰ ਮਦੀਨੇ
مدینے والے دا اللہ جو کچھ بیان کیتا ہے یا اللہ مدی کو کی کتا فرما اللہ کمی بتائی ہو گئی ہے دار دل میں یا اللہ پھر رحمت نہ ہوا بجو بھی نوڑ لگا تے ماشاءاللہ سارے ساتھی حافظ نادر صاحب انہوں نے دعا کرو اللہ پاک انہوں نے صحت والی ایمان والی تندرستی والی لمبی زندگی عطا فرمائے اسی آمین کو اللہ پاک قبول و منظور فرمائے